ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਆਪਣਾ ਗ੍ਰਾਮਰ ਵਰਕ ਸਟਾਰਟ ਤੇ ਸਭ ਤੋਂ ਪਹਿਲਾਂ ਮੈਂ ਲੈਸਨ ਨੰਬਰ 6 ਕਰਾਵਾਂਗੀ ਅਖੌਤਾਂ ਦੀ ਵਾਕਾਂ ਵਿੱਚ ਵਰਤੋਂ ਕਰੋ ਜਿਹੜੇ ਅਖੌਤ ਹੈ ਉਹਨਾਂ ਦੀ ਵਾਕਾਂ ਵਿੱਚ ਵਰਤੋਂ ਕਰਨੇ ਆ ਬੇਟਾ ਤੁਹਾਡੇ ਰਹਿ ਗਿਆ 25 ਤੋਂ ਲੈ ਕੇ 50 ਤੱਕ ਤੁਹਾਡੇ ਸਿਲੇਬਸ ਵਿੱਚ ਸੈਕੰਡਰਮ ਟਰਮ ਦੇ ਵਿੱਚ ਠੀਕ ਹੈ ਤੇ ਅਸੀਂ ਪਹਿਲਾਂ ਪੜ੍ਹ ਲੈਣੇ ਆ 25 ਤੋਂ ਸ਼ੁਰੂ ਕਰਨੇ ਆ ਘਰ ਦਾ ਸੜਿਆ ਬਨ ਗਿਆ ਵਾਣ ਨੂੰ ਲੱਗੀ ਆਗ ਇਹ ਕਦੋਂ ਵਰਤਿਆ ਜਾਂਦਾ ਹੈ ਕਹਿੰਦੇ ਕਿ ਜਦੋਂ ਕੋਈ ਇੱਕ ਥਾਂ ਦੀ ਤੰਗੀ ਤੇ ਤੋ ਬਚਣ ਵਾਸਤੇ ਕਿਹੇ ਹੋਰ ਥਾਂ ਜਾਵੇ ਤੇ ਪਰ ਅੱਗੇ ਵੀ ਉਸ ਨੂੰ ਕੋਈ ਹੋਰ ਮੁਸੀਬਤ ਘੇਰ ਲਵੇ ਤਹਾਡਾ ਜਿਹੜਾ ਵਾਕ ਬਣਾਣਾ ਉਹ ਹੈ ਜਦੋਂ ਰਾਮ ਸਿੰਘ ਨੇ ਬੜੀ ਮੁਸ਼ਕਲ ਨਾਲ ਅਮਰੀਕਾ ਜਾਣ ਲਈ ਆਪਣੀ ਜ਼ਮੀਨ ਵੇਚ ਕੇ ਕੰਪਨੀ ਨੂੰ ਪੈਸੇ ਦਿੱਤੇ ਤਾਂ ਕੰਪਨੀ ਨੇ ਉਸ ਨੂੰ ਧੋਖਾ ਦਿੱਤਾ ਪਰ ਜਹਾਜ਼ ਉਤਰਦੇ ਹੀ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਤਾਂ ਉਹ ਗੱਲ ਹੋਈ ਕਿ ਘਰ ਦਾ ਸੜਿਆ ਬਣ ਗਿਆ ਤੇ ਵਾਣ ਨੂੰ ਲੱਗੀ ਅੱਗ ਭਾਵ ਕਿ ਉਹਨੇ ਬੜੀ ਮੁਸ਼ਕਲ ਨਾਲ ਆਪਣੇ ਜਿਹੜੇ ਹੀ ਕੰਪਨੀ ਨੂੰ ਜ਼ਮੀਨ ਵੇਚ ਕੇ ਕੰਪਨੀ ਨੂੰ ਪੈਸੇ ਦਿੱਤੇ ਤੇ ਕੰਪਨੀ ਨੇ ਅੱਗੇ ਧੋਖਾ ਦਿੱਤਾ ਫਿਰ ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਅਮਰੀਕਾ ਪਹੁੰਚ ਗਿਆ ਤੇ ਪਰ ਉੱਥੇ ਵੀ ਦੇ ਹੀ ਉਹਨੂੰ ਜਹਾਤ ਉਤਰਦੇ ਜਿਹੜਾ ਇਹ ਪੁਲਿਸ ਨੇ ਫੜ ਲਿਆ ਤੇ ਜੇਲ੍ਹ ਵਿੱਚ ਪਾ ਪਾ ਦਿੱਤਾ ਤੇ ਇਸ ਨਾਲ ਤੋਂ ਉਹ ਗੱਲ ਹੋਈ ਘਰ ਦਾ ਸੜਿਆ ਬਣ ਗਿਆ ਤੇ ਵਾਣ ਨੂੰ ਲੱਗੀ ਆਗ ਠੀਕ ਹੈ ਹਰ ਢਹਾ ਘਟ 26 ਦੇ ਘਰ ਵਸਦਿਆਂ ਦੇ ਸਾਖ ਮਿਲਦਿਆਂ ਦੇ ਤੇ ਖੇਤ ਵਾਉਂਦਿਆਂ ਦੇ ਕਹਿੰਦੇ ਜਦੋਂ ਇਹ ਦੱਸਣਾ ਹੈ ਕਿ ਘਰ ਵਿੱਚ ਵਸਣ ਨਾਲ ਸਾਖ ਮਿਲਣ ਨਾਲ ਤੇ ਖੇਤ ਵਾਉਣ ਨਾਲ ਹੀ ਆਪਣੇ ਹੁੰਦੇ ਹਨ ਤੇ ਤੁਹਾਡਾ ਵਾਕ ਹੈਗਾ ਕਹਿੰਦੇ 12ਵੀਂ ਪਾਸ ਕਰਨ ਤੋਂ ਬਾਅਦ ਮੇਰੀ ਸਹੇਲੀ ਜੇ ਤੁਸੀਂ ਬੁਆਏ ਜੋ ਤੇ ਮੇਰਾ ਮਿੱਤਰ ਲਿਖ ਲਿਓ ਜੇ ਲੜਕੀ ਹੈ ਤਾਂ ਤੁਸੀਂ ਸਹੇਲੀ ਲਿਖੋਗੇ ਮਿੱਤਰ ਜਾਂ ਸਹੇਲੀ ਨੇ ਦੋ ਤਿੰਨ ਹਫ਼ਤੇ ਤੱਕ ਆਫੀ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਿਆ ਤੇ ਮੈਂ ਵੀ ਉਸ ਨੂੰ ਫੋਨ ਕਰਦੀ ਜਾਂ ਕਰਦਾ ਰਿਹਾ ਜਾ ਰਿਹਾ ਪਰ ਹੁਣ 1 ਸਾਲ ਬੀਤ ਗਿਆ ਹੈ ਉਸਨੇ ਮੈਨੂੰ ਕਦੇ ਫੋਨ ਨਹੀਂ ਕੀਤਾ ਸਿਆਣੇ ਸੱਚ ਹੀ ਕਹਿੰਦੇ ਨੇ ਘਰ ਵਸਦਿਆਂ ਦੇ ਸਾਗ ਘਰ ਵਸਦਿਆਂ ਦੇ ਸਾਗ ਮਿਲਦਿਆਂ ਤੇ ਖੇਤ ਵਾਉਂਦਿਆਂ ਦੇ ਠੀਕ ਹੈ ਅੱਗੇ ਹੈਗਾ 27 ਤੇ ਕੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ ਕਹਿੰਦੇ ਕਿ ਜਦੋਂ ਇੱਕ ਜਦੋਂ ਇੱਕ ਨੂੰ ਚੀਜ਼ ਦੇਣ ਲੱਗੋ ਤਾਂ ਸਾਰੇ ਮੰਗਲ ਲਾਪਣ ਠੀਕ ਹੈ ਜਿਸਾਂ ਕਿ ਜਦੋਂ ਮੈਂ ਰੋਟੀ ਖਾਣ ਲੱਗੀ ਤਾਂ ਸਾਰੇ ਮੇਰੇ ਛੋਟੇ ਭੈਣ ਉੱਪਰ ਛੋਟਾ ਭਰਾ ਤੇ ਭੈਣ ਵੀ ਮੇਰੇ ਕੋਲ ਰੋਟੀ ਮੰਗਣ ਲੱਗੇ ਅਤੇ ਆਖੇ ਮਤਲਬ ਕੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ ਮਤਲਬ ਇੱਥੇ ਤੁਸੀਂ ਆਖੇ ਲਿਖਣਾ ਮੇਰੇ ਕੋਲ ਅੜੇ ਲਿਖਿਆ ਗਿਆ ਵਾ ਠੀਕ ਹੈ ਐੜਾ ਖਖ ਲਮਖੇ ਆਖੇ ਕਉ ਮੰਗਲ ਲਗਾ ਮ ਕੜੇ ਨੂੰ ਹੱਥ ਲਾਇਆ ਸਾਰਾ ਟਬਰ ਤੇ ਆਇਆ ਠੀਕ ਹੈ ਅੱਗੇ ਹੈਗਾ ਇਹ ਦੁਬਾਰਾ ਰੀਡ ਕਰ ਲੈਣੇ ਬੇਟਾ ਜਿਸ ਤਾਂ ਕਿ ਕੜੇ ਨੂੰ ਹੱਥ ਲਾਇਆ ਸਾਰਾ ਟਬਰ ਤੇ ਆਇਆ ਜਦੋਂ ਇੱਕ ਨੂੰ ਚੀਜ਼ ਦੇਣ ਲੱਗਿਆ ਤਾਂ ਸਾਰਾ ਟਬਰ ਮੰਗਲ ਲਾਪੇ ਤੇ ਅਹੀ ਕਹਣਾ ਕਿ ਜਦੋਂ ਮੈਂ ਰੋਟੀ ਖਾਣ ਲੱਗੀ ਤਾਂ ਸਾਰੇ ਸਾਰੇ ਮੇਰੇ ਛੋਟੀ ਭੈਣ ਤੇ ਭਰਾ ਮਤਲਬ ਮੇਰੀ ਛੋਟੀ ਭੈਣ ਤੇ ਭਰਾ ਵੀ ਰੋਟੀ ਮੰਗਣ ਲਈ ਆ ਗਏ ਮੈਂ ਆਪਣੇ ਮਨ ਚ ਸੋਚਿਆ ਜਾ ਆ ਕੇ ਜਸਿਆਣੇ ਕਹਿੰਦੇ ਨੇ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ ਠੀਕ ਹੈ ਅਗੇ ਅਗੇ 28 ਤੇ ਚਾਹੇ ਸੂਰੀ ਖਰਬੂਜੇ ਉੱਤੇ ਡਿੱਗੇ ਤੇ ਚਾਹੇ ਖਰਬੂਜਾ ਸੂਰੀ ਉੱਤੇ ਡਿੱਗੇ ਨੁਕਸਾਨ ਖਰਬੂਜੇ ਦਾ ਹੀ ਆ ਜਦੋਂ ਕਿਸੇ ਦਾ ਹਰ ਹਾਲਤ ਵਿੱਚ ਨੁਕਸਾਨ ਹੋਣਾ ਹੋਵੇ ਤੇ ਇਹਦਾ ਵਾਕਿਆ ਅੱਜ ਦੇ ਯੁੱਗ ਵਿੱਚ ਜਦੋਂ ਕਿਸਾਨ ਆਪਣਾ ਆਪਣੀ ਫਸਲ ਵੇਚਦਾ ਹੈ ਤਾ ਵੀ ਉਹ ਲੁੱਟਿਆ ਜਾਂਦਾ ਹੈ ਤੇ ਜੇਕਰ ਉਹ ਕੁਝ ਖਰੀਦਦਾ ਹੈ ਤਾਂ ਵੀ ਉਹ ਲੁੱਟਿਆ ਜਾਂਦਾ ਹੈ ਅਖੇ ਚਾਹੇ ਸ਼ੂਰੀ ਖਰਬੂਜੇ ਉੱਤੇ ਡਿੱਗੇ ਜਾਂ ਖਰਬੂਜਾ ਸ਼ੂਰੀ ਦੇ ਉੱਤੇ ਡਿੱਗੇ ਨੁਕਸਾਨ ਖਰਬੂਜੇ ਦਾ ਹੀ ਹੈ ਠੀਕ ਹੈ ਅੱਗੇ ਹੈਗਾ 29 ਤੇ ਸ਼ਾਜਨਾ ਸ਼ਾਜਤਾ ਬੋਲੇ ਸ਼ਾਨਣੀ ਕਿਉਂ ਬੋਲੇ ਤੇ ਇਹਦਾ ਹੈਗਾ ਕਿ ਇੱਕ ਦੋਸ਼ੀ ਦੂਜੇ ਤੇ ਦੋਸ਼ ਕਿਉਂ ਕੱਢੇ ਕਹਿੰਦੇ ਕਿ ਜਦੋਂ ਲਾਲ ਸਿੰਘ ਨੇ ਕਰਮ ਸਿੰਘ ਨੇ ਜਦੋਂ ਲਾਲ ਸਿੰਘ ਤੇ ਕਰਮ ਸਿੰਘ ਨੇ ਚੋਰੀ ਦਾ ਦੋਸ਼ ਲਗਾਇਆ ਤਾਂ ਉਸਨੇ ਕਿਹਾ ਚੁੱਪ ਕਰ ਓਏ ਕਰਮ ਸਿੰਘਾ ਸ਼ੱਜ ਤਾਂ ਬੋਲੇ ਛਾਂਡਣੀ ਕਿਉਂ ਬੋਲੇ ਅਜੇ ਤਾਂ ਤੂੰ ਕੱਲ ਹੀ ਚੋਰੀ ਕਰਨ ਦੇ ਦੋਸ਼ ਵਿੱਚ 6 ਮਹੀਨੇ ਦੀ ਜੇਲ੍ਹ ਕੱਟ ਕੇ ਆਇਆ ਠੀਕ ਹੈ ਅੱਗੇ ਹੈ 30 ਜਾ ਵਾ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਕਹਿੰਦੇ ਕਿ ਕਿਸੇ ਬੰਦੇ ਦਾ ਸਹੀ ਚਰਿੱਤਰ ਉਦੋਂ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਾਹ ਪਵੇ ਤੇ ਹਾਡਾ ਵਾਕ ਹੀ ਹੋਏਗਾ ਕਹਿੰਦੇ ਇੱਕ ਵਾਰ ਮਿਲਣ ਨਾਲ ਕਿਸੇ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕਦੀ ਕਿਉਂਕਿ ਸਿਆਣੇ ਕਹਿੰਦੇ ਹਨ ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਇਸ ਲਈ ਤੂੰ ਅਜੇ ਉਸ ਨਾਲ ਕੋਈ ਕਾਰੋਬਾਰ ਨਾ ਕਰ ਕਿਉਂਕਿ ਤੂੰ ਉਹ ਬੰਦੇ ਨੂੰ ਨਹੀਂ ਜਾਣਦਾ ਤੇ ਇਸ ਕਰਕੇ ਦੋ ਜਣਾ ਕਾਰੋਬਾਰ ਨਾ ਕਰ ਸੈਂਸੇ ਦੀ ਐ ਵਾਕ ਦੀ ਠੀਕ ਹੈ ਅੱਗੇ ਹੈਗਾ ਜਾਂਦੇ ਚੋਰ ਦੀ ਲੰਗੋਟੀ ਸਹੀ ਤੇ ਕਹਿੰਦਾ ਕਿ ਜਦੋਂ ਬਹੁਤੇ ਨੁਕਸਾਨ ਵਿੱਚ ਥੋੜਾ ਪੂਰਾ ਹੋ ਜਾਵੇ ਕਹਿੰਦਾ ਕਿ ਜਦੋਂ ਸਾਡਾ ਕਿਰਾਇਆਦਾਰ ਬਿਨਾ ਕਿਰਾਇਆ ਦਿੱਤੇ ਹੀ ਰਾਤ ਨੂੰ ਚੋਰੀ ਛੁਪੇ ਭੱਜ ਗਿਆ ਤਾਂ ਸਵੇਰੇ ਜਾ ਕੇ ਮੈਂ ਉਸ ਦੇ ਕਮਰੇ ਵਿੱਚ ਚਾਰ ਮੰਜੇ ਪਏ ਵੇਖੇ ਤਾਂ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਜਾਂਦੇ ਚੋੜ ਦੀ ਲੰਗੋਟੀ ਸਹੀ ਠੀਕ ਹੈ ਅੱਗੇ ਹੈਗਾ 32 ਕਹਿੰਦਾ ਕਿ ਜੇ ਰਾਤੀ ਜਾਗਣ ਕਾਲੀਆਂ ਜੇ ਰਾਤੀ ਜਾਗਣ ਕਾਲੀਆਂ ਸੋਈ ਖਾਨ ਸੁਹਾਲੀਆਂ ਮਤਲਬ ਸਖਤ ਮਿਹਨਤ ਦਾ ਫਲ ਮਿਲਦਾ ਹੈ ਕਹਿੰਦੇ ਜਿਹੜੇ ਵਿਦਿਆਰਥੀ ਰਾਤਾ ਜਾਗ ਜਾ ਕੇ ਪੜ੍ਹਦੇ ਹਨ ਉਹ ਹੀ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਦੇ ਹਨ ਸਿਆਣੇ ਸੱਚ ਹੀ ਕਹਿੰਦੇ ਹਨ ਜੋ ਰਾਤੀ ਜਾਗਣ ਕਾਲਿਆ ਸੋਈ ਖਾਨ ਸੁਖਾਲੀਆਂ ਸੁਖਾਲੀਆਂ ਠੀਕ ਹੈ ਅਗ ਹੈ 33 ਤੇ ਹਾਂਜੀ ਠੂਠਾ ਫੁੱਟ ਕੇ ਠੂਠਾ ਜਿਹੜਾ ਫੁੱਟ ਕੇ ਛੰਨਾ ਮਿਲਿਆ ਬਤਲ ਕੇ ਮਾੜੀ ਚੀਜ਼ ਜਿਹੜੀ ਹੱਥੋਂ ਨਿਕਲ ਕੇ ਤੇ ਹਣ ਚੰਗੀ ਚੀਜ਼ ਦਾ ਮਿਲਣਾ ਠੀਕ ਹੈ ਜਦੋਂ ਮਾੜੀ ਕੋਈ ਚੀਜ਼ ਹੈ ਉਹ ਹੱਥੋਂ ਨਿਕਲ ਉਹਦਾ ਅਫਸੋਸ ਤੇ ਹੁੰਦਾ ਕਿ ਉਹ ਚੀਜ਼ ਸਾਡੇ ਹੱਥੋਂ ਚਲ ਗਈ ਹੈ ਪਰ ਉਹਦੇ ਬਦਲੇ ਜੇ ਹਣ ਕੋਈ ਚੰਗੀ ਚੀਜ਼ ਮਿਲ ਜਾਂਦੀ ਹੈ ਤਾਂ ਉੱਥੇ ਆ ਵਾਕ ਜਿਹੜਾ ਵਰਤਿਆ ਜਾਂਦਾ ਹੈ ਜਿਸਾ ਕਿ ਬੰਤਾ ਸਿੰਘ ਦੀ ਡੇੜੀ ਸਮਾਨ ਸਮੇਤ ਕਾਰਪੋਰੇਸ਼ਨ ਵਾਲਿਆਂ ਨੇ ਜ਼ਬਤ ਕਰ ਲਈ ਤਾਂ ਉਹ ਬੜਾ ਨਿਰਾਸ਼ ਹੋਇਆ ਠੀਕ ਹੈ ਹਾਰ ਕੇ ਉਸਨੇ ਇੱਕ ਛੋਟੀ ਜਈ ਦੁਕਾਨ ਖੋਲ੍ਹ ਲਈ ਜਿਸ ਨਾਲ ਉਸ ਨੂੰ ਕਾਫੀ ਲਾਭ ਹੋਇਆ ਉਸ ਨਾਲ ਤਾਂ ਉਹ ਗੱਲ ਹੋਈ ਠੂਠਾ ਫੁੱਟ ਕੇ ਛੰਨਾ ਮਿਲਿਆ ਠੀਕ ਹੈ ਅੱਗੇ ਹੈਗਾ ਸਾਡਾ 33 ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗਾਲੀ ਕਹਿੰਦੇ ਇਹ ਵਾਕ ਉਹ ਦੁ ਵਰਤਿਆ ਜਾਂਦਾ ਅਖਾਣ ਕਹਿੰਦੇ ਕਿ ਜਦ ਜੋਰਾ ਵਰ ਨਾਲ ਮਾੜੇ ਦੀ ਚਾਲ ਨਹੀਂ ਚਲਦੀ ਠੀਕ ਹੈ ਇਹਦਾ ਵਾਕ ਬਣਾਵਾਂਗੇ ਉਹ ਬੜਾ ਬਦਮਾਸ਼ ਤੇ ਤਗੜਾ ਬੰਦਾ ਹੈ ਪਰ ਤੂੰ ਮੈਨੂੰ ਪਲਾਮਾਸ ਲੱਗਦਾ ਹੈ ਅਡਵਾਈਸ ਦੇਂਟੇ ਨਾ ਕਹਿੰਦਾ ਕਿ ਤੂੰ ਮੈਨੂੰ ਪਲਾਮਾਸ ਲੱਗਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਡਾਡੇ ਨਾਲ ਪਿਆਲੀ ਪਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗਾਲੀ ਕਹਿੰਦੇ ਇਸ ਲਈ ਉਸ ਤੋਂ ਬਚ ਕੇ ਰਹੀਂ ਤੇ ਉਸ ਨਾਲ ਕੋਈ ਕਾਰੋਬਾਰ ਨਾ ਕਰੀ ਕਿਉਂਕਿ ਬਲਵਾਨ ਹੈ ਉਹਨੇ ਜੇ ਤੂੰ ਪ੍ਰੋਫਿਟ ਹੋਇਆ ਤੇ ਫਿਰ ਵੀ ਤੈਨੂੰ ਜਿਹੜਾ ਦੇਣਾ ਨਹੀਂ ਤੈਨੂੰ ਮਾਰਤਮਕਾ ਕੇ ਤੇ ਆਪੇ ਹਿੱਸਾ ਕਰ ਲੇਗਾ ਠੀਕ ਹੈ ਅੱਗੇ ਹੈਗਾ ਢਿੱਡ ਭਰਿਆ ਤੇ ਕੰਮ ਸਰਿਆ ਕਹਿੰਦੇ ਕਿ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਮਤਲਬ ਕੱਢ ਕੇ ਮਗਰੂ ਮੂੰਹ ਨਾ ਵਿਖਾਵੇ ਠੀਕ ਹੈ ਇਹਦਾ ਵਾਕ ਅਹੀ ਇਸ ਤਰ੍ਹਾਂ ਬਣਾਇਗਾ ਕਿ ਜਦੋਂ ਸ਼ਾਮ ਲਾਲ ਨੇ ਮੇਰੇ ਕੋਲੋਂ ਉਹ ਧਾਰ ਪੈਸੇ ਲੈਣੇ ਸੀ ਤਾਂ ਉਹ ਮੇਰੇ ਘਰ ਮੁੜ ਮੁੜ ਫੇਰੇ ਮਾਰਦਾ ਸੀ ਪਰ ਪੈਸੇ ਲੈਣ ਮਗਰੋਂ ਉਹ ਇੱਕ ਵਾਰ ਵੀ ਮੇਰੇ ਘਰ ਨਹੀਂ ਆਇਆ ਅਖੇ ਢਿੱਡ ਭਰਿਆ ਤੇ ਕੰਮ ਸਰਿਆ ਮਤਲਬ ਇਹ ਲੋਕ ਇਹੋ ਜਿਹੇ ਹੀ ਹੁੰਦੇ ਹਨ ਠੀਕ ਹੈ ਅੱਗੇ ਹੈਗਾ ਸਾਡਾ 36 ਕਹਿੰਦੇ ਤੋੜੀ ਤੋੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਕਹਿੰਦੇ ਕਿ ਜੇਕਰ ਕੋਈ ਨਤਾਨਾ ਬੰਦਾ ਗੁੱਸਾ ਕਰਦਾ ਹੈ ਦਾ ਆਪਣਾ ਹੀ ਨੁਕਸ ਆਪਣਾ ਹੀ ਖੂਨ ਸਾੜਦਾ ਹੈ ਕਿਸੇ ਦਾ ਕੁਝ ਨਹੀਂ ਜਾਂਦਾ ਠੀਕ ਹੈ ਤੇ ਇਹਦਾ ਅਸੀਂ ਬਣਾਵਾਂਗੇ ਵਾਕ ਕਹਿੰਦਾ ਹਣੀ ਆਪਣੇ ਵੱਡੇ ਭਰਾ ਦੀ ਹਰ ਗੱਲ ਦਾ ਗੁੱਸਾ ਕਰ ਲੈਂਦਾ ਹੈ ਕਿਉਂਕਿ ਸਰੀਰੂਪ ਸਰੀਰ ਪੱਖੋਂ ਉਸ ਦਾ ਵੱਡਾ ਭਰਾ ਜ਼ਿਆਦਾ ਤਾਕਤਵਾਰ ਹੈ ਤੇ ਹਣੀ ਦੀ ਦਾਦੀ ਉਸ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ ਤੋੜੀ ਉਬਲੇਗੀ ਤਾਂ ਆਪਣਾ ਹੀ ਖੂਨ ਸਾੜੇਗੀ ਤੂੰ ਉਸ ਦੀ ਗੱਲ ਤਾਂ ਵੱਲ ਧਿਆਨ ਨਾ ਦੇ ਠੀਕ ਹੈ ਅੱਗੇ ਹੈਗਾ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਮਤਲਬ ਪੁਰਾਣੀ ਚੀਜ਼ ਬਹੁਤ ਚਲਦੀ ਹੈ ਕਹਿੰਦੇ ਕਿ ਜਦੋਂ ਮੈਂ ਬਾਜ਼ਾਰ ਤੇ ਨਵੀਂ ਖਰੀਦੀ ਮਿਕਸੀ ਚਲਾਉਣ ਲੱਗੀ ਤਾਂ ਉਹ ਇੱਕ ਵਾਰ ਚਲਾਉਣ ਤੇ ਹੀ ਟੁੱਟ ਗਈ ਜਿਸ ਕਾਰਨ ਮੈਨੂੰ ਪੁਰਾਣੀ ਮਿਕਸੀ ਹੀ ਚਲਾਉਣੀ ਪਈ ਤਾਂ ਮੈਂ ਮਨ ਵਿੱਚ ਸੋਚਿਆ ਸਿਆਣੇ ਸੱਚ ਹੀ ਕਹਿੰਦੇ ਨੇ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਇਹ 25 ਤੋਂ ਲੈ ਕੇ ਤੇ 37 ਤੱਕ ਕਰ ਲਏ ਨੇ ਨੀਅਰ ਅਬਾਊਟ ਹਰ ਡੇਟ 12 20 ਨਹੀਂ ਹੋਰ ਵੀ ਹੈ ਮਤਲਬ 50 ਤੱਕ ਹੈ ਨਾ ਤੇ ਅਸੀਂ 12 ਕਰ ਲਏ ਨੇ ਤੇ ਅਗਲੀ ਵੀਡੀਓ ਵਿੱਚ ਵੀ ਅਸੀਂ ਆਪਣਾ ਜਿਹੜਾ ਪੂਰੇ ਅਖੋਤਾਂ ਜਿਹੜੀਆਂ ਪੜ ਲਾਂਗੇ ਤੇ ਇਹਨਾਂ ਤੋਂ ਧਿਆਨ ਨਾ ਪੜਨਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਪੇਪਰਾਂ ਵਿੱਚ ਇਹ ਹੀ ਆਣੀ ਹੈ ਜੀ ਠੀਕ ਹੈ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਠੀਕ ਹੈ